أعوذ بالله من الشيطان اللين الرجيم. بسم الله الحمد لله رب العالمين، الصلاة والسلام على أشرف الأنبياء مرسلين وجي صلوات أولي طيبين الطاهرين المعصومين سيدنا ونبينا وشفي ذنوبنا وطبيب قلوبنا أبي القاسم محمد وجي سلوات دا پڑھنا عظیم عبادت ہے، بلند آواز نال سلوات پڑھو. الصلوات والسلام علی احسان المسموم المقدوم وعلى حسين الغريب شهيد بأرض كربلا لٹيا تركيا بھيني دا بيرا چھوٹ قائد علی دیاں دی جڑے بند رو پائے ہو وہ سمجھ گئے ہو چھوٹی قائد علی دیاں دی 26 سفر ہے چیلم دی مجلس منے بیٹھے ہو تے چیلم انہاں دا ہوندا ہے جہاں دا کوئی وارث ہوئے بھائی جان جڑے بندے چپ کر گئے ہو تساں جواب دیو کوئی بندہ جو دنیا تو ٹر ونجے ان دے ورسا چلم کتنے دیاڑا بات کرن دے چلی سواں دے میں کوئی ممبر دی قسم ایڈا وڈا مظلوم حسین بادشاہ جہن دا چلم بہنا پونے 2 سالاں دے بعد کیتے ہوئے جڑے بندے رو پیو ود بیادا چوٹی کائے اکبر دی امڑی دی یا لفظ ایک میں بدلا کے آکھنا چاہنا چھوٹ قید یبا صدیاں سینی دی تے بوم مدت طویل دے باد رسالے علی ہویا گیا ہے بیٹھا ول ول گن دئی جیندیاں دی متاں ود پوے تعداد میں نوکراں بیٹھا ول ول گن دے
ਜਿਹੜੇ ਬੰਦੇ ਚੁੱਪ ਕਰ ਗਏ ਹੋ ਆਦਾ ਪਿਆ ਦਿੱਠਾ ਪਹਿਲਾ ਕਹਿਦੀ ਓ ਜਾਗ ਦੁਨੀਆ ਤੇ ਬਾਕਿਰਦਾ ਪਿਓ ਸਜਾ ਦੇ ਖੜਾ ਵਾਲ ਵਾਲ ਪੁੱਛਦਾ ਕਿਮ ਤੋਂ ਮੈਂ ਕੋ ਕਿਉਂ ਕੀਤਾ ਆਜ਼ਾਦ ਰਵਣ ਵਾਲਿਓ ਜ਼ਬਰ ਲੈ ਗਿਆ ਇਨ ਸਜਾ ਦੀ ਰਾਤ ਵਾਦ ਬਈਏ ਬਾਗਰਾ ਦੇ ਬਾਬਾ ਕਹਿਦੀ ਦੀ ਕਹਿ ਛੁੱਟੇ ਕਹਿਦੀ ਖੁਸ਼ ਹੋਦਾ ਰਾਤ ਕਿਉਂ ਵੱਧ ਪੈਨੇ ਜਨਾ ਬਾਕਰ ਪੁੱਛੇ ਬਾਬਾ ਰਾਤ ਕਿਉਂ ਵੱਧ ਪੈਨੇ ਰਾਜ ਰੁਨੇ ਬਾਕਰ ਦਾ ਬਾਬਾ ਸਯਾਦਾ ਦੇ ਕੋਈ ਕਹਿਦੀ ਆਜ਼ਾਦ ਹੋਵੇ ਉਹਦੀ ਖੁਸ਼ੀ ਵੀ ਮਨਾਏ ਦਿਨ ਵੀਰੇ ਗਰੀਬਾਂ ਦਾ ਗੇਨ ਕੱਪੜੇ ਦਰ ਤੇ ਆਬਾਂ ਦੀ ਜੇ ਆਵੇਸ ਕੋਈ ਹਮਸ਼ੀਰੇ ਅਸਾਂ ਪਿਓ ਪੁੱਤਰਾਂ ਦੇ ਬੇਵਾਰ ਸਾਂ ਵਾਂਗੋ ਲੱਥੇ ਸ਼ਾਮ ਦੇ ਵਿੱਚ ਜ਼ੰਜੀਰ ਮੈਂ ਕੋ ਅਕਬਰ ਕਾਸਿਮ ਜੀ ਜੀ ਬਿਸਮਿਲ੍ਲਾ ਮੈਨੂੰ ਕਰਾਂ ਲੱਗਦਾ ਬਾਖਾਂ ਜਿਤਨੇ ਬੰਦੇ ਰਹਿੰਦੇ ਪਏ ਬਾਈ ਜਾਨ ਇੱਕ ਵੇਲ ਮੈਂ ਹੋਰ ਕਰਨਾ ਚਾਹਨਾ ਜ਼ਾਲਿਮਾਂ ਦੇ ਕੈਦਾਂ ਛੁੜੇ ਨਾ ਵਤਨ ਤੇ ਵਾਲੋ ਅੱਜ ਰਾਤ ਵੱਧ ਪਈ ਆਵਾਜ਼ਾਂ ਦੇ ਜ਼ਾਲਿਮਾਂ ਕਿਹੜਾ ਵਤਨ ਆਦੇ ਮਦੀਨਾ ਆਵਾਜ਼ਾਂ ਦੇ ਮਦੀਨਾ ਤਨਾ ਨੇ ਮੁਹੰਮਦ ਆਦੇ ਨਜਫ ਲਗਾਵਾ ਨਜਫ ਦਾਦੇ ਅਲੀ ਦੇ ਆਦੇ ਕਰਬਲਾ ਸਯਦ ਆਦੇ ਬਾਬੇ ਹੁਸੈਨ ਦੇ ਜ਼ਾਲਿਮਾਂ ਦਾ ਤੇਰਾ ਕਿਹੜਾ ਵਤਨ ਹੈ ਸਯਦ ਆਦੇ ਮੇਰਾ ਉਹ ਵਤਨ ਹੈ ਜਿਹੜਾ ਬਾਜ਼ਾਰ ਦਾ ਰਸ਼ ਹੋਵੇ ਮਾਂ ਦੇ ਖੁੱਲਿਓ ਵਾਲੋ ਇਨ ਜ਼ਾਲਿਮਾਂ ਦੇ ਕਿਹਦਾ ਛੁੜੇ ਨਹੀਂ ਵਤਨ ਤੇ ਵਾਲੋ ਅੰਜ ਰਾਤ ਵੱਧ ਪਈਏ ਸਯਦ ਆਦੇ ਹੋਣੀ ਯਾਦ ਤੇਰੀ ਕਾਦਰੀ ਆਏ ਮੈਦਾ ਬਖਤੀ ਕਬਾਲ ਲੁਟਾ ਕੇ ਤੇਰੇ ਸ਼ਹਿਰ ਦੇ ਵਿੱਚ ਰੀਆਂ ਰਾਤ ਰੋਂਦਾ ਮੈਂ ਮਈਆ ਤਮਸ਼ੀਰ ਦਾ ਚਾ ਕੇ ਮੈਂ ਕੋ ਨਹੀਂ ਭੁੱਲਦਾ ਟੋਰੀ ਬੇਲ ਮੇਰੀ ਉਹ ਮੈਲਾ ਚਾ ਬਾਗ ਤੇਰੇ ਸ਼ਹਿਰ ਦੇ ਵਸਦੇ ਸੁਣਾ ਇਸਤਕਬਾਲ ਕੀਤਾ ਨੇ ਮਾਲਕ ਤੁਹਾਡੇ ਆਸੂ ਕਬੂਲ ਫਰਮਾਵੇ ਕੋਈ ਰੁੱਖ ਨਾ ਦੇਖੋ ਹੁਸੈਨ ਬਾਦਸ਼ਾਹ ਦੇ ਰੁੱਖਾਂ ਦਾ ਸਦਕਾ ਬਾਨੀਆਂ ਨੇ ਮਜਾਲਿਸ ਦੇ ਜੋ ਨੇਕ ਸ਼ਰੀਆ ਜਾਤਨ ਮਾਲਕ ਕਬੂਲ ਫਰਮਾਵੇ ਮਾਲਕ ਇਸ ਤੁਹਾਡੇ ਕੋ ਤਾਂ ਕਯਾਮਤ ਤੱਕ ਆਬਾਦ ਉਸ਼ਾਦ ਫਰਮਾਵੇ ਹਰ ਇਬਾਦਤ ਦਾ ਮਕਸਦ ਦੁਆ ਹੈ ਇਬਾਦਤ ਜਿਤਨੇ ਕਰ ਦੁਆ ਨਾ ਮੰਗ ਤਾਂ ਮਾਲਕ ਇਬਾਦਤ ਕਬੂਲ ਨਹੀਂ ਕਰੇਗਾ ਮਾਲਕ ਫਰਮਾਉਂਦਾ ਤਾਂ ਮੈਂ ਕੋਈ ਸਜਦੇ ਦਾ ਮੁਹਤਾਜ ਸਮਝਿਆ ਤੂੰ ਝੁਕ ਵੰਜੇ ਤਾਂ ਹੀ ਮੈਂ ਅੱਲਾ ਹਾਂ ਤੂੰ ਨਾ ਝੁਕੇ ਤਾਂ ਹੀ ਮੈਂ ਬੋਲੋ ਅੱਲਾ ਹਾਂ ਮਾਲਕ ਫਰਮਾਉਂਦਾ ਤੂੰ ਝੁਕ ਵੰਜੇ ਤਾਂ ਮੈਂ ਕੋਈ ਫਾਇਦਾ ਕੋਈ ਨਹੀਂ ਨਾ ਝੁਕੇ ਤਾਂ ਮੈਂ ਕੋਈ ਨੁਕਸਾਨ ਨਹੀਂ ਜੋ ਮੈਂ ਕੋਈ 125,000 ਨਵੀ ਝੁਕਦਾ ਜਿਤਨੀਆਂ ਵੀ ਮੈਂ ਇਬਾਦਤਾਂ ਬਣਾਈਆਂ ਤੇਰੀ ਔਰ ਮੇਰੀ ਮੁਲਾਕਾਤ ਦਾ ਬਹਾਨਾ ਹੈ ਮਾਲਕ ਫਰਮਾਉਂਦਾ ਮੇਰਾ ਦਿਲ ਚਾਹੁੰਦਾ ਸਜਦਾ ਕਰਕੇ ਖਾਲੀ ਨਾ ਵਾਂਜੇ ਤੂੰ ਕੁਝ ਮੰਗ ਮੇਰੇ ਵਾਂ ਮੈਂ ਤੱਕ ਬਣਾਏ ਤੂੰ ਮੇਰੇ ਪਿਆਰੇ ਇਸ ਵਾਸਤੇ ਕੋਸ਼ਿਸ਼ ਕੀਤੀ ਕਰੋ ਜਿਹੜਾ ਅੱਖਾਂ ਵਾਸ ਪਵੇ ਤਾਂ ਮਾਲਕ ਫਰਮਾਉਂਦਾ ਜਿਹੜਾ ਬੰਦਾ ਮੇਰੇ ਕੋਲ ਰੋ ਕੇ ਦੁਆ ਮੰਗੇ ਖਾਲੀ ਵਾਲੇ ਦੇ ਸ਼ਰਮ ਆਉਂਦਾ ਮਾਲਕ ਫਰਮਾਉਂਦਾ ਮੇਰੇ ਕੋਲ ਇਵੇਂ ਮੰਗੋ ਜਿਵੇਂ ਛੋਟਾ ਬੱਚਾ ਵਾਲੇ ਦੇਨ ਕੋਲ ਮੰਗਦਾ ਹੈ ਤਜਰਬਾ ਉਸੇ ਦਿੱਠੋ ਉਸਨੇ ਬਈ ਵਾਲਿਦ ਅਗਰ ਕੋਈ ਇਨਕਾਰ ਤਾਂ ਕਰੇ ਬੱਚਾ ਰੋਂਦਾ ਹੈ ਅਤੇ ਜਿਹੜਾ ਰੋ ਪਵੇ ਤਾਂ ਵਾਲਿਦੈਨ ਕੋ ਤਰਸ ਆਉਂਦਾ ਜੋ ਮੰਗਦਾ ਹੈ ਵਾਲਿਦੈਨ ਪੂਰਾ ਕਰਦੇ ਮਾਲਕ ਫਰਮਾਉਂਦਾ ਮੈਂ ਤਾਂ ਕੋਈ ਬਣਾਏ ਤੂੰ ਮੇਰੇ ਕੋ ਪਿਆਰੇ ਤਵਜੋ ਇਹ ਮੇਰੀ ਗੁਜ਼ਾਰਿਸ਼ ਤੇ
تو جڑا بندہ اتھا آمین نہیں آدھا وقت کی تھاک سی کائنات چیز تو وڈا لجپال در ہے ہی کوئی نہ اسا منگڑا ہی تھا ہوں سکو ملنا ہی تھا ہوں میرے بعد سید بادشاہ ان ٹائم ہی بڑا تھوڑے کلوزے تو کوشش کرے نا بھائی ایک جملہ میں فضائل دا اندے تو بعد ایک جملہ مسائب دا جڑی ہاں جن سی بھی ضرور آسی گو میرے اس جگہ تے پہلا چانس ہے لیکن سرگودے چ میں بڑا پڑھے کسر القائم اشرا محرم پڑھتے رہے سال بھی فروغ کلونی پڑھے باقی ڈھیر جگہ تے برحال توجہ میرے پاس ہوئے سادات تو پن کے کوئی ذاکری دعویٰ نہیں نہ جرات ہے جو میں حسین دلا کر سدا ہوں بزرگاں بھائیاں تو سبق کی سنا ہونے اس دروازے تے نیت دی ضرورت خلوص دی آمن والے دی نیت رے دن حیثیت نہیں دے دے مولا کو ایک بندے پوچھا سرکار تھوڑا ذکر کیڑے رنگ سنوں مولا فرمائے گھروں قدم چنے دل چرا دے جو میں مجلے سے حسین سنن پیا وینا مولا فرمائے جڑا گھروں ٹر دے وا دل وچ ہوے جو ذکر سنن پیا وینا ذکر شناس بن کے ون شخصیت شناس نہیں ایک دوجے کو پوچھا یہ نہ کر جو پڑھن والا کون ہے جڑا گھروں ٹر دے ذہن وچ ہوے جو ذکر کہندا پیا ہوندا ہے ذکر دا مدینے والے سیدا نہ نہ بیریا عبادت ہے تے آون والے دی نیت رے دے حیثیت نہیں دیتے توجہ میرے پاس ہوے بسرے دا وسدا ہے بس میں ایتھا ہوں یا اپنا موضوع شروع کر دیتے ہیں ہن توجہ تے نگاہ میرے پاس ہوے ہر سال معمول مطابق ایویں دا سرکار نامے دسویں امام دی زیارت واسطے سامرے قدم بوس کریا واپس ول لگے ایک سال تیاری کی تھی ضعیفہ وزدی آئی دی آت دی انہوں پتہ لگا سامنے آئی اسے کہا ابراہیم میں سنے جی تو بسرے پیا بیندے سامرے پیا بیندے اسے کہا جی بیندہ پیا میں یہ سنے بھی جڑے بندے نال ونجن تو لے بیندے توجہ ہوئے میرے پاسے تو میں جملہ گزارش کرا جڑے بندے نال ونجن تا لے بیندے اسے کہا لے ضرور بینا لیکن تیری ان عمر نہیں تو ضعیف ہے اسے کہ میں یہ سنے بھی جڑے بندے نوان سگن تو کوئی تحفے طوائف دیون تا امام تک پہنچے نہیں توجہ کرائے اسے کہ جی ضرور پہنچے نا کم دا ہویا ہاتھ جے بچ ایک دینار کڈس ابراہیم دے ہتھ آئے دینار اسے دی حالت دی جے کہ ٹھیک ہے میں تحفے طوائف امام تک پہنچے نا کہیں دی ابا لے وے نا کہیں دا سونا کہیں دی چاندی کہیں دی کبا کہیں دی نالین ترے ایک دینار اوے کائنات دا امام ضعیفیں دو ریک کے پہ یادیا میرے نال جو لڑ دائیں اے دینار میں کوئی تیکو پہ دے نہیں آم توجہ توجہ اے دینار تیکو تا نہ پہ دے نہیں میں تا اپنے امام کو پہ دے نہیں آم اسے کہ اچھا اسے دیا لاتی دینار جے بچ بس سچین دا آندھا جو کائنات دا امام ہے اے دینار امام کو کی میں دے سم یہ گل سچین دا ہویا سفر تیاری کے تیس سمان سفر تیار کر کے سفر کرندہ کرندہ آپ پہنچے امام دے خدماتی توجہ کرائے قدم بوسی کی تیس گنڈ کھولیس ایک ابا چاہ کیا دا سرکار فلان نو کر دیتی مولا فرمین انہوں دا ممنون چاندی چاہ کیا دا فلان غلام مولا فرمین انہوں دا شکر گزارا توفے توائف دیندہ رہی ہے مولا شکریہ ادا کریندہ رہے توائف دیندہ رہے مولا شکریہ ادا کریندہ رہے دو قدم پہ چاٹ ہے سرکار دی آواز بیان دیا ابراہیم میرے ریک او توفہ دے جڑے توفے دی میں حجت خدا کو انتظار ہے مولا توفے تو سارے دے چکا مولا فرمین انہوں دینار جڑا ایک ضعیفہ رتائی توجہ کرائے جڑا دینار ضعیفہ رتائی قدمات حضرہ کیا دیں ہے مولا میں سونا چاندی ابا کبا نالین دیتی اتنی توجہ نہیں کی تھی ایک دینار زیادہ قیم دی آئی حجت خدا فرمینن میرے ایک ساکو سونے چاندی دی ضرورت نہیں ساکو ایک خلوص دی ضرورت جڑا خلوص ہے ایک دینار ہی چاہیے سونے چاندی چ نہیں دینار ہتھاں تے آئے مولا فرمینن کتنے نیاڑے راسے مولا چاند نیاڑے مرا فرمین جرا وطن دے والے ویسے میرے سارے نوکر تیرے کول آسن توجہ سارے غلام تیرے کول آسن میں امام دا شکریہ ادا کرے امام ہو کے حکم پیا رہے نہیں ضعیفہ دے در تے ٹور کے تو آپ ونجے ہوں کو آکے امام پیا دا وی شکر گزارا پریشان نہ ہوئے جدا تیرا آخری ٹائم ہو سی میں حجت خدا آسان تیرا جنازہ چیسا اس دروازے تے نیت دی ضرورت خلوص دی ضرورت جڑا بندہ نیت نال جھوگے جناب فضا کو ماس رہنے گل نیت دی ہے اتنا ہونا چاہیے
جو بندہ ریاتی پاس ہو بنجے بروز محشر اتنا کردار حسین دے آزادار دا بلند ہونا چاہیے دے جو محشر والے دیہاڑے حسین دی اما فرشتہ تو لے کے آکھے کو پریشان نہ کرو میرے حسین دا ماتمی پی آندے میرے حسین دا آزادار پی آندے چودہ دے منن والا ہوئے تو بے نماز ہوئے سونا نہیں لگتا تو جو یہ میری گزارش تھی مالک تھوڑی زندگی درات فرماوے او بسم اللہ بس میرے بعد سید بادشاہ تشریف لائے آئے سلوات پڑھو سارے حضرات امام کے ساتھ اللہم صلی اللہ میں زیادہ دیر انہوں کو انتظار نہ کرا ماں توجہ تے نگاہ میرے پاس سے ہوئے او بسم اللہ جی بس میں ہی تھا ہوں ہی دو چار لفظ تمہیں ہی دے تو ایک جملہ مسائب دا جڑی ہاں جنہ سی بھی چا ضرور آسی زیور لہ گین جھوک کے ٹوران دیا دت بڑھ رہے یا این اکھاں حاکم تھک گئے قیدی نہیں تھکے زنجیر تھک گئے توجہ میرے پاس ہی ہوئے مذہب یا پڑھ دا فضائل جی میں مرضی سنا کر مذہب توجہ نہ مت کہیں دے پاس نال چالی سال رت روڑ والا امام بیٹھا ہوئے ٹھڈا سال بھر کیا کہتے ہیں کوئی سکو جڑتا دکھا ہے بے جان مدت تو بعد شام دے امن نبھا کے وطن تے ولائیے حسین دی بھی میں امن آکھن کچھ بندے رو پے کچھ بندے چپ کر گئے ہو دسو امن شام دے وچ بھرا دی الفت دے زیور ہنڈا کے ولی بیبی دے سجاد دے سامنے شہر کیڑا ہے رت ود پیس امن نے سجاتا نان محمد مدینے بی بی ادی تو جو دے نے سنیا تے اے دسا کدا ہمیں دی ہی کو رٹھا ہے بڑے دردان دے لوگ مالک تھاری عبادت قبول فرماوے سجاد میں تا نان دے روزے ڈھلی رات کو ویندی اب اے کیڑی جائے اما او جائے جتا ویندے لے بابے حسین دیر لے انت اکبر بھرا دیتیا یا اذان ہن بزرگ ذکر فرمانے ان بی بی ادی وقت منت لا محمل بلا میں کو بھرا دیاں بیٹھ کا دکھا ٹور گئے سجڑا دیا بیٹھ کا چنگیاں لگ دیا محمل بہ گئے خیمے لگ گئے چپ کر گئے ہو میں بات بھی آدھا محمل بہ گئے خیمے لگ گئے جڑے بندے روندے بیٹھو جواب لے ہو چوکے خیمے لگنی آن اجڑ کے جو ولی آن دی آئی ایک خیمہ بشیر کو آکے سیاہ لمجا سیاہ کپڑے مدینے نیا گلیاں چلان کر لوگو مدینے لے سردار اجڑ کے بار لین انہوں مسئلے تو رونے تلاف سمجھے تیرے مزاج دا ایک لفظ اکھنا چاہنا جدا کس نے اعلان کر کے آکھ لوگو مدینے دے سردار اجڑ کے والے بشیر چند قدمات گئے بی بی ادی ویندہ پہ مدینے چھ اعلان کر نہیں میرے ونیر تو پہلے ہر دکھ دسیں میرے ونیر تو پہلے حسین یا تیرہ ضربان دسیں عباس دے بازو دسیں اصغر دا تیر دسیں قاسم دی لاش دے گھوڑے بھائی دسیں میری لٹی چادر دربار نروار دسیں بی بی آدھیا منت لامے میرے ونجر تو پہلے ہر دکھ دسیں مکر اکبر دی ماؤت نہ دسیں مطا جی دی ودیا بی اکبر دے حصے دی بین میں تا شام والا والا ہونے میری جو قبر شام بڑھنی حسرت ونجر دی آنے کا کیم ودی دی بین دی اکبر دی بین بس میرے سے دیا سوا گئے انتظار ختم بشیر سی عالم جیسی آقا پڑے مدینہ دیا گلیاں چھ اعلان کر کے آدھے ودے لوگ مدینہ دے سردار اجڑ کے والے جڑے بدری سالہ دن پچھ دن دسا عباس والے جڑے اٹھارہ سالہ دن پچھ دن دسا اکبر والے جڑے تیرہ سالہ دن پچھ دن دسا قاسم والے دو چھوٹے شہزادیاں نے ایک بشیر دے سجے ہے دو جا کھبے ہے ہاتھ بند کیا دین اللہ دین آتے رسا قیندہ بشیر ہے آدھے بی بی آلی آدھا بچیا دین کیڑی آلی آدھے علی دین ہی تے حسین دی بھین لفظ ہے نا حسین دی بھین دو قدم پچھاں ہٹ کے ہاتھ بند کیا دین چاچا اللہ دین آئی سابی سین دا نام بازار ہی تن چاہ واہ 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 بڑے دردان لوگ چاچا بڑی پردہ دارے بشیر دا متھا دیوار نال ونج لگے آدھے شہر دا مدینے دے میں ناچے سننا برداشت روے کر سکتے رب جانے شام دیا گلیان کھلے ہوئے وار
ਐਲਾਨ ਹੋ ਗਿਆ ਔਰਤਾਂ ਦੇ ਟੋਲੇ ਮਹੱਲੇ ਬਣੀ ਹਾਸ਼ਮ ਵਿੱਚ ਇੱਕ ਔਰਤ ਕਰੀਬ ਆਈ, ਉਹ ਕੋਈ ਜਗ੍ਹਾ ਜਿਹੜੀ ਮਦਦ ਦੀ ਸਿੱਖਦੀ ਵਧੀ ਹੈ। ਕਰੀਬ ਆਈਆਂ, ਅਕਬਰ ਦੀ ਭੈਣ ਕਦਮਾਂ 'ਤੇ ਮੂੰਹ ਰੱਖੀ ਪਈ, ਵਹਿਣ ਕਰਕੇ ਦੀ ਅਕਬਰ ਉਹ ਬਹਿਣ ਦਾ ਜਨਾਜ਼ਾ ਮਾਣ ਕਰਦੇ ਜਾ ਕੋ ਚਾਵਣ ਵਾਲੇ ਬਿਰਾ ਹੋਵੇ। ਉਹ ਮਿਲਿਆ ਸੀ ਜਦੋਂ ਬਹਿਣ ਮਰ ਵੇ ਸੀ, ਔਰਤ ਕੰਨ 'ਤੇ ਮੂੰਹ ਰੱਖਿਆ ਦੀ ਅਖਬਾਰ ਸੱਜਣ ਵੱਲ ਲੈ ਗਈ। ਬਜ਼ੁਰਗ ਦਾ ਕਰੇ ਥੇ ਇੱਕ ਵਹਿਣ ਪੜਦੇ ਹਨ, ਇੱਕ ਔਰਤ ਕੰਨ 'ਤੇ ਮੂੰਹ ਰੱਖੇ ਅਤੇ ਰੋ ਰੋ ਕਿਹਾ ਦੀ ਹੋ ਵੀ ਮੁਬਾਰਕ ਬਹਿਣ ਅਕਬਰ ਦੀ, ਰੋ ਆਖੀਆ ਇੱਕ ਹਮਸਾਈ ਤੇਰੇ ਸ਼ਹਿਰ ਦੇ ਬਾਹਰੋਂ ਜੰਜ ਅਕਬਰ ਦੀ, ਘਿਨ ਆਈਏ ਦੁਖੀਆ ਜਾਈ ਉੱਠ ਮਿਲ ਅਕਬਰ ਕੋ ਸਿੱਖਦੀ ਵਧੀਏ, ਆਂਦੇ ਵੀਰਨ ਸਿਹਰਾ ਪਾਈ ਤੂੰ ਮੂੰਹ ਲਿਖਲਾ ਵੀ ਕਿਆ ਦੇ ਸੇਂਜਰਾ ਮਿਲ ਸਿਆ ਆ ਵਰ ਜਾਈ। ਅਜੇ ਮਿੰਨਤ ਲਓ ਚਾਬੀਆਂ ਚਾਹੋ ਦਰਵਾਜ਼ੇ ਖੋਲੋ, ਮੇਰੇ ਸੱਜਣ ਦੂਰ ਦੇ ਮੁਸਾਫਿਰ ਥੱਕਿਆਂ ਦੇ ਹੁਸਨ ਸੱਜਣਾਂ ਦੀ ਬਹਾਨ ਦੀ ਜਗ੍ਹਾ ਬਣਾਵਾਂ, ਬਾਬੇ ਹੁਸੈਨ ਦੇ ਹੁਜਰਾ ਦਾ ਦਰ ਖੁੱਲੇ, ਬਾਬੇ ਹੁਸੈਨ ਦੀ ਮਸਨਦ ਬਣਾਈ, ਬਾ ਤਕਬਰ ਭਰਾ ਦੇ ਹੁਜਰਾ ਦਾ ਦਰਵਾਜ਼ਾ ਖੋਲ ਕੇ ਆਦੀ ਇੱਕ ਮਸਨਦ ਨਹੀਂ ਦੋ ਬਣੋ, ਇੱਕ ਮਸਨਦ ਤੇ ਅਕਬਰ ਦੀ ਬੰਦਰੀ ਵਾਸੀ, ਇੱਕ ਦੇ ਅਕਬਰ ਵਾਸੀ, ਵਤਮਾਰ ਬਾਬ ਦੇ ਹੁਜਰੇ ਦਾ ਦਰ ਖੁੱਲੇ। ਮਸਨਦ ਬਣਾਵਣ ਤੋਂ ਬਾਅਦ ਜਲਦੀ ਪਿਆ ਖੁੱਲ ਕਰੇ ਨਾ ਛੁੜਨਾ ਪਿਆ ਤਾਂ ਮੇਰੀ ਲਫ਼ਜ਼, ਮਸਨਦ ਬਣਾਵਣ ਤੋਂ ਬਾਅਦ ਵਹਿਣ ਦੇ ਕਰੀਬ ਆਉਣਾ ਚਾਹੁੰਦਾ। ਅੱਜ ਔਰਤਾਂ ਤੋਂ ਰੇਖਿਆ ਦੀ ਮਿਹਨਤ ਲਓ, ਇੱਕ ਛੋਟਾ ਜਿਹਾ ਪੀਂਗਾ ਬਣਾਓ, ਮੇਰੀ ਮਾਂ ਥੱਕੀ ਆਉਂਦੀ ਸੀ ਅਸਗਰ ਬੇਰਾ ਕੋ ਪੀਂਗੇ ਸਮੇਂ ਸਾਂ, ਪੀਂਗੇ ਦੀ ਦੌਰ ਹਲੇ ਸਾਂ, ਲਓ ਸੁਣ ਕੇ ਚੁੱਪ ਕਰ ਗਏ ਹੋ। ਔਰਤਾਂ ਪੀਂਗਾ ਬਣਾਉਣ ਲੱਗੀਆਂ, ਦੋਹਰ ਤਰੁੱਟੀਏ ਜ਼ਮੀਨ ਤੇ ਜਣੀ, ਦੋਹਰ ਦਾ ਜਣਨਾ ਅਕਬਰ ਦੀ ਵਹਿਣ ਦਾ ਵਾਰ ਖੁੱਲ ਗਏ, ਆਸਮਾਨ ਦਾ ਮੂੰਹ ਕਰਕੇ ਦੀ ਮੇਰਾ ਅੱਲਾ ਸ਼ਲਾ ਅਸਗਰ ਦੋ ਖੈਰ ਹੋਵੇ, ਘਰ ਸਜਾਏ ਨੇ ਘਰ ਸਜਾ ਕੇ ਟੁਰ ਪਈਆਂ, ਇਹਨੂੰ ਰਾਤ ਰਵਣ ਵਾਲਾ ਇਮਾਮ ਤਲੀਆਂ ਟੇਕ ਕੇ ਔਖਾ ਉੱਠੇ, ਬਹਿਣ ਦੇ ਰਸਤੇ ਤੇ ਆ ਬੈਠੇ, ਇੱਕ ਔਰਤ ਅੱਗਾਂ ਵਧੀ ਅਕਬਰ ਦੀ ਬਹਿਣ ਕਦਮ ਰੋਕ, ਆਮ ਪਰਦਾਦਾਰ ਨਹੀਂ ਤੋ ਹੁਸੈਨ ਬਾਦਸ਼ਾਹ ਦੀ ਧੀ ਹੈ, ਕੋਈ ਰਹੀ ਬੈਠਾ ਮੈਂ ਉਠਾ ਆਵਾਂ, ਬੀਬੀ ਅਜੇ ਝਿਣਕ ਨਾ ਦੇਵੇ ਮੱਤਾਂ ਕੋਈ ਮੈਦਾਂ ਚ ਹੋਵੇ, ਔਰਤ ਅਜੇ ਤੈਰਿਆਂ ਤੋਂ ਕਿਵੇਂ ਭੁੱਲ ਸਕਦੀ ਆ। ਔਰਤ ਕਰੀ ਬਈ ਮੁਸਾਫਿਰ ਰਾਹਗੀਰ ਇਹ ਜਹਾਜ਼ ਛੋੜ, ਸਜਾਦਾ ਦੇ ਬਿਮਾਰ ਆ ਤੁਰ ਨਾ ਸਕਦਾ, ਪਰਦੇ ਤੋਂ ਡਾਹਡਾ ਵਾਕਿਫ ਆ, ਔਰਤ ਦੀ ਸਾਰੀ ਸਰਦਾਰ ਜ਼ਾਦੀ ਪਈ ਜਾਂਦੀ, ਆਮ ਪਰਦਾਦਾਰ ਨਹੀਂ ਹੁਸੈਨ ਬਾਦਸ਼ਾਹ ਦੀ ਧੀ ਹੈ, ਸਜਾਦਾ ਦੇ ਮੈਂ ਪਰਦੇ ਕੋ ਰੱਦ ਬਦਲ ਰੋਨਾ, ਕੰਡ ਕਰਵਾ ਨਾ ਸਰਦਾਰ ਜ਼ਾਦੀ ਕੋ ਗੁਜ਼ਰ ਵੰਜੇ, ਔਰਤ ਦੀ ਸੁਣਾਣੇ ਉਹ ਬੀਬੀ ਹੈ ਇਹਦੇ ਦਰਵਾਜ਼ੇ ਤੇ ਨਵੀ ਰੁਕਦੇ ਹੈ, ਸਜਾਦਾ ਦੇ ਗਿੱਲੇ ਨੜੇ ਵਸਣ ਦੀ ਰੁੱਤੀ ਯਾਦ ਨਾ ਦਿਵਾ, ਜਿਹੜਾ ਮੈਂ ਵਸਦਾ ਮੇਰੇ ਦਰਵਾਜ਼ੇ ਤੇ ਮਲਾਇਕ ਰੁਕਦੇ ਹਨ। ਔਰਤ ਵਾਪਸ ਬੋਲੀ ਅਕਬਰ ਦੀ ਵਹਿਣ ਸਮਝ ਨਹੀਂ ਆਉਂਦੀ, ਜਿਹੜੀ ਸ਼ਾਂਤ ਤੇਰੇ ਘਰ ਦੀ ਦੱਸਾਂ, ਜਵਾਬ ਹੋ ਰਹਿੰਦਾ ਬੀਬੀ ਅਜੇ ਲਜਪਾਲ ਦੀ ਧੀਆਂ, ਸੁਣਾਦਾ ਵੀ ਮਤਾਂ ਕੋਈ ਮਹਿਰਾ ਚ ਹੋਵੇ ਅਜੇ ਕਿਵੇਂ ਭੁੱਲ ਸਕਦੀ ਹਾਂ, ਸਜਾ ਦੇ ਘੜੀਆਂ ਜਵਾਬ ਅਕਬਰ 18 ਸਾਲਾਂ ਦਾ, ਜੇ ਕੋ ਮੈਂ ਦੇਖਾਂ ਜਾਂ 90 ਸਾਲ ਦਾ ਜ਼ਈਫ ਹੈ, ਹਰ ਕੋਈ ਪਾਣੀ ਰੋਂਦਾ ਹੈ, ਇਹਦਾ ਵੱਡਾ ਦੁੱਖ ਹੈ ਜੋ ਅੱਖਾਂ ਚੋਂ ਪਾਣੀ ਨਹੀਂ ਰੱਤ ਬੈਠਾ ਰੋਂਦਾ ਹੈ, ਬੀਬੀ ਅਜੇ ਮੇਰੀ ਨਹੀਂ ਬੋਏ ਸੀ, ਦੇਦਾ ਪਿਆ ਹਰ ਅਜ਼ਾਦਾਰ ਦੇ ਅੱਖ ਵਸਦੀ ਪਈ ਹੈ, ਪੁਰਨਾ ਹੋ ਗਈ ਹੈ, ਇੱਕ ਮੰਜ਼ਲ ਬੁਲੰਦ ਕਰੋ ਤੇ ਮੈਂ ਸ਼ੁਰੂ ਕਰਾਂ, ਮੇਰੇ ਹਿੱਸੇ ਦੇ ਆਸੂ ਆ ਗਏ, ਮਿੱਟੀ ਦੇ ਬਹਿ ਕੇ ਰੋਣ ਵਾਲੇ ਕਦਰਦਾਨ, ਸੱਕੀ ਭੇਣ ਵੇਰਾ ਤੋਂ ਪਰਦਾ ਬਣਾਏ, ਇਹ ਮੇਰੇ ਲਾਉ ਭੇਰਣਾ ਦੇ ਵੇਰਾ ਜਿਤਨੇ ਬੈਠੇ ਹੋ ਸਮਝੇ ਸੋ, ਸੱਕੀ ਭੇਣ ਪਰਦਾ ਬਣਾ ਕੇ, ਭੇਣ ਚਾਰ ਕਦਮਾਂ 'ਤੇ ਆਈ ਵੇਰਾ ਦੇ ਦਾਰੀਆ, ਭੇਣ ਤਰੇ ਕਦਮਾਂ 'ਤੇ ਆਈ ਵੇਰਾ ਦੇ ਦਾਰੀਆ, ਭੇਣ ਦੋ ਕਦਮਾਂ 'ਤੇ ਆਈ ਵੇਰਾ ਦੇ ਦਾਰੀਆ, ਭੇਣ ਦੀ ਟੋਰ ਵੇਰਾ ਤੋਂ ਲੁਕਦੀ ਨਹੀਂ, ਭੇਣ ਪਰਦਾ ਬਣਾ ਕੇ ਗੁਜ਼ਰੀ, ਕੱਢ ਤੇ ਨਿਗਾਹ ਪਈ ਸਜਾ ਦਿਮਾਮ ਦੀ, ਰਤ ਵੱਧ ਪਈ ਆਸਮਾਨ ਦਮੋਂ ਕਰਕੇ ਦੇ ਮੇਰਾ ਅੱਲਾ ਮੈਂ ਏਡਾ ਗਰੀਬ ਹਾਂ, ਮੈਂ ਕੋ ਭੇਣ ਹੀ ਨਹੀਂ ਸੁਝਾਤਾ, ਜਿਵੇਂ ਕੰਡ ਤੇ ਨਿਗਾਹ ਪਈ ਵਹਿਣ ਕਰਕੇ ਦੇ ਨੋ ਬਾਹਲੀ ਨਟੋਰ, ਤੇਰੇ ਮਾਣ ਮੁੱਕ ਗਏ ਤਾਂਗਾ ਲਹਾ ਛੋੜ, ਅਕਬਰ ਕੋਈ ਨਹੀਂ ਵੀ ਆਇਆ, ਤੁਰ ਪਈ ਅਕਬਰ ਦੀ ਭੇਣ ਦਰਵਾਜ਼ੇ ਤੇ ਪਾਰ ਆਈ ਜਨਾਬੇ ਫਿਜ਼ਾ ਦਾ ਸਾਹਮਣੇ ਆ ਖੜੀ, ਜ਼ੈਫਾ ਮੇਰਾ ਸਲਾਮ, ਆਵਾਜ਼ਾਂ ਦੇ ਜ਼ੈਫਾ ਇਜਾਜ਼ਤ ਦੇ, ਮੈਂ ਅੰਦਰਾਂ ਵਾਂ ਫਿਜ਼ਾ ਦੀ ਮੋਇਆ ਕੁਮਾਰਣ ਆਈਏ, ਨੌਕਰਾਂ ਕੋਲ ਇਜਾਜ਼ਤਾਂ ਖੜੀ ਮੰਗਦੀ ਏ, ਆਵਾਜ਼ਾਂ ਦੇ ਜ਼ੈਫਾ ਇਜਾਜ਼ਤ ਦੇ, ਇਜਾਜ਼ਤ ਮਿਲੀ ਏ ਪਰਦਾ ਔਰ ਬੀਬੀਆਂ ਕੋਲ ਆਈਏ, ਆਦੀ ਬੀਬੀਆਂ ਥੋੜੇ ਚੁਸਾਲਾ ਔਰ ਬੀਬੀ ਕਿਹੜੀ, ਹਰ ਬੀਬੀ ਹੁਸੈਨ ਦੀ ਭੈਣ ਦਾ ਇਸ਼ਾਰਾ ਕੀਤਾ ਸਾਹਮਣੇ ਆਵੇ ਦੀ ਆਵਾਜ਼ਾਂ ਦੇ, ਬੀਬੀ ਮੇਰਾ ਸਲਾਮ ਹੋਵੀ,
ਹੁਸੈਨ ਦੀ ਭੈਣ ਆ ਦੇ ਮੇਰਾ ਸਲਾਮ, ਉਹ ਵੀ ਅਕਬਰ ਦੀ ਭੈਣ ਆ ਦੇ ਬੀਬੀ ਕਿਥੋਂ ਪਿਆ ਲਿਆ ਦੇ ਮਾਨੀਆ ਲੈ ਜਾਓ ਲੈ ਹੋਲੇ ਵਾਲੇ ਸ਼ਾਮ ਨਹੀਂ ਸੁਣਾ ਅਕਬਰ ਦੀ ਭੈਣ ਆ ਦੇ ਬੀਬੀ ਅਮੀਰ ਖਾਨਦਾਨ ਦੀ ਹੋ ਸੇ ਆਉਂਦਾ ਦਾ ਮੇਲਾ ਮੇਲਾ ਚੋਲਾ ਨਾ ਦੇਖ ਮੈਂ ਹੁਸੈਨ ਬਾਦਸ਼ਾਹ ਦੀ ਦੀਆਂ ਆਦਿਆ ਦਸੈਂ ਦੀ ਬੈਠੀਆਂ ਸ਼ਾਮ ਕਿਉਂ ਗਈਆਂ ਬੀਬੀ ਆਦਿਆ ਜ਼ੇਵਰ ਪਾ ਕੇ ਆਦਿਆ ਵਿਆਹ ਕੋਈ ਨੈਣ ਤੇਰੇ ਜ਼ੇਵਰ ਲਾਵੇਂ ਨਾ ਬੀਬੀ ਆਦਿਆ ਰੁਆ ਨਹੀਂ ਮੇਰੀ ਕਤਾਰ ਵਿਆਹਾਂ ਦੇ ਮਾਰੀ ਗਈ ਆਈਆ ਆਦਿਆ ਕੀਆ ਜੀਆਂ ਪੱਥਰ ਦਾ ਦਿਲ ਲਏ ਮੇਰਾ ਮਾਰੇ ਗਏ ਨੇ ਆਪ ਜੀਂਦੀ ਬਣੀਏ ਆਵਾਜ਼ਾਂ ਦਾ ਗਿੱਲੇ ਨਾ ਦੇ ਤੇਰਾ ਜੋ ਚਾਲੇ ਦਰਵਾਜ਼ਾ ਬੰਦ ਹੋ ਗਏ ਅਕਬਰ ਦੀ ਮੇਰਾ ਦੀ ਅਕਬਰ ਜਿਹੜਾ ਸੇਰਾ ਪੈਸਾ ਜ਼ਰੂਰ ਬੁਲੇ ਸਾ ਹਰ ਬੀਬੀ ਦਾ ਮੂੰਹ ਕਰ ਬਣਾਓ ਤੋ ਫਿਰ ਗਿਆ ਅਕਲ ਮੋਰ ਗਿਆ ਜੀ ਅਕਬਰ ਮੇਰ ਸਿੱਖਦੀ ਵਧੀ ਆਈ ਜੀ ਜੀ ਬਿਸਮਿਲਾ ਮੇਰਾ ਕਰਾਂ ਬਸ ਇੰਦਾ ਹੋਰ ਖਤਮ ਮੇਰੇ ਸਦਿਆਂ ਸੁਆ ਗਏ ਨਾ ਹੈਰਤ ਆਲਿਆ ਕਬੀ ਵੀ ਕੋ ਨਹੀਂ ਤੇਰਾ ਕਿਹੜਾ ਨੁਕਸਾਨ ਹੋਇਆ ਆਵਾਜ਼ਾਂ ਦਾ ਮੇਰਾ ਜੀਨਾ ਲਾਸ਼ ਤੇ ਗੋਲੇ ਵੱਜ ਗਏ ਨਾ ਬਈ ਬੀਬੀ ਕੋਲ ਤੇਰਾ ਕਿਹੜਾ ਨੁਕਸਾਨ ਹੋਇਆ ਕਈ ਬੀਬੀ ਅੱਜ ਮੇਰਾ ਰਾਜ ਲੈ ਕੇ ਲੁੱਟਾ ਮੇਰੀ ਚਾਦਰ ਦੱਦੀ ਆਮ ਆਦਮੀਆਂ ਦਾ ਦਾਰੇ ਕਬੀ ਵੀ ਦੇ ਪਾਸ ਟੁਰ ਪਈਏ ਓ ਬੀਬੀ ਦਾ ਏਣ ਬੁਲਾਉਂਦਾ ਏ ਕਰ ਬਣਾ ਦਮੋ ਕਰ ਗਿਆ ਅਸਗਰ ਤੇਰੇ ਖਿਦਾ ਵਾਲਾ ਲੈ ਪਜਾਉਂਦੀ ਏ ਤੇਰੀ ਭੈਣ ਕੋ ਕਿਹੜਾ ਜਵਾਬ ਦੇਵਾਂ ਸਾਹਮਣੇ ਆ ਬੈਠੀ ਆ ਹੱਕਲ ਮਾਰ ਗਿਆ ਦੀ ਬੀਬੀ ਤੇਰਾ ਕਿਹੜਾ ਨੁਕਸਾਨ ਹੋਇਆ ਬੀਬੀ ਆ ਦੀ ਮੈਂ ਬੋਲੀ ਵੀ ਨਾ ਬੋਲੇ ਨਾ ਮੈਂ ਮਾਂ ਕੁਮਾਉ ਨਹੀਂ ਸਰ ਸਕਦਾ ਅਸਮਾਨ ਦਮੋ ਕਰ ਗਿਆ ਦੀ ਮੇਰਾ ਲਾ ਸ਼ਾਲਾ ਸਵਾਰ ਦੋ ਖੈਰ ਹੋਵੇ ਔਰਤਾਂ ਦੁਰੇ ਗਿਆ ਦੀ ਕਦਮ ਚਾ ਕਟੁਰ ਵੀ ਆਇਆ ਕਦਮਾਂ ਦਿਆਦਰਾ ਗਿਆ ਲੈ ਚੌਖਾ ਰੁਆਵਲਾ ਨੇ ਮੇਰੀ ਪੁੱਪੀ ਵੱਲੀ ਵੇਨੀ ਆਵਾਜ਼ਾਂ ਲੈ ਨਰੂਆ ਅਕਬਰ ਦੀ ਭੈਣ ਦੇ ਕਦਮ ਰੋਕੇ ਨਵਾਜ਼ਾਂ ਦੇ ਕੌਣ ਮੈਂ ਅੱਬਾਸ ਦੀ ਬਦਰੀ ਜੀਆਂ ਆਵਾਜ਼ਾਂ ਦੇ ਗਿੱਲੇ ਲੜੇ ਮੈਂ ਤੇਰਾ ਬਦਰੀ ਜਾ ਅੱਲਾ ਮਾਨ ਬਾਬਾ ਕੀ ਦਈ ਤੇਰੇ ਰਸਤੇ ਤੇ ਰਾਤ ਬੈਠੋ ਰੋਣ ਲਾਇਆ ਜਵਾਨ ਇਵੇਂ ਆਈਏ ਜਿਵੇਂ ਜੀਕ ਦੇ ਪਾਸੇ ਪਾਣੀ ਆਉਂਦਾ ਆ ਹੱਕਲ ਮਾਰ ਗਿਆ ਦੀ ਅੱਲਾ ਦੇ ਨਾਤ ਰਸਾ ਰਾਤ ਕਿਉਂ ਵਧਰ ਰੋਣਾ ਏ ਜਿੱਦਾਂ ਰਾਤ ਰੋਣ ਦਾ ਨਾਮ ਹੈ ਭੀੜ ਤੇਰੇ ਕਰੋ ਰੋ ਕੇ ਆ ਦਿਨ ਦਿੱਠੀ ਮਾਂ ਟੁਰਦੀ ਆ ਬਦਮਾਸ਼ਾਂ ਵਿੱਚ ਮੇਰੀਆਂ ਅੱਖੀਆਂ ਰੰਗ ਬਦਲਾਇਆ ਬਾਜ਼ਾਰ ਦਾ ਰਾਸ਼ੇ ਚਲ ਬੰਦਾ ਹਾਲੇ ਚੁੱਪ ਕਰ ਗਿਆ ਮਿੱਟੀ ਚ ਬਹਿ ਕੇ ਰੋਣ ਵਾਲੇ ਕਦਰ ਰੋਣਾ ਹੱਕਲ ਮਾਰ ਕਿਆ ਜੇ ਸਜਾਦ ਕੱਲਾ ਆਇਆ ਜਾਂ ਮੇਰੀਆਂ ਭੁੱਬੀਆਂ ਵੀ ਆਈਆਂ ਸਜਾਦਾ ਦੇ ਜਿੰਨਾ ਕੋਲ ਵੱਲੀਆਂ ਨੀ ਆਈਆਂ ਤੇਰੀਆਂ ਭੁੱਬੀਆਂ ਹੈ ਨਾ ਹੱਕਲ ਮਾਰ ਕਿਆ ਜੇ ਭੁੱਬੀਆਂ ਹੈ ਨਾ ਅੱਲਾ ਦੇ ਨਾ ਤੇਰਾ ਸਾਥ ਮੇਰੀ ਮਾਰ ਬਾਬਾ ਸਜਾਦਾ ਦੇ ਜਿਹੜੀ ਧੁੱਪ ਤੇ ਰੋਂਦੀ ਬੈਠੀ ਆਈਆ ਮਾਈ ਜ਼ਮੀਨ ਤੇ ਜਾਣ ਪਈਏ ਹੱਕਲ ਮਾਰ ਕਿਆ ਜੇ ਤੂੰ ਮੈਂ ਕੋ ਦੱਸਾਂ ਕਿਉਂ ਖਾਲੀ ਝੋਲੀਏ ਮੇਰੀ ਅਮੜੀ ਦੀ ਮੈਦਾ ਕੇ ਨਗੀ ਅਸਗਰ ਵੀਰ ਹੋ ਜਿਹੜੀ ਪਿਉ ਦੇ ਸੀਨੇ ਸਲਾਮਤ ਰਹੋ ਇੱਕ ਮਿੰਟ